ਇਸ ਵਾਰ ਜੋ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਕਨਫਿਊਜ਼ਨ ਹੋ ਰਹੀ ਹੈ ਕਿ 14 ਤਰੀਕ ਦੀ ਮਨਾ ਰਹੇ ਹੈ ਮਕਰ ਸੰਕ੍ਰਾਂਤੀ ਜਾਂ ਫਿਰ 15 ਤਰੀਕ ਦੀ। ਇਸ ਵਾਰ ਜਿਹੜੀ ਮਕਰ ਸੰਕ੍ਰਾਂਤੀ ਹੈ ਨਾ, ਉਹਦੇ ਪਹਿਲਾਂ ਤਾਂ ਦੱਸੋ ਮਕਰ ਸੰਕ੍ਰਾਂਤੀ ਕਿਉਂ ਮਨਾਈ ਜਾਂਦੀ ਹੈ? ਸੂਰਜ ਦੇ ਜਦੋਂ ਰਾਸ਼ੀ ਪਰਿਵਰਤਨ ਕਰਕੇ ਮਕਰ ਰਾਸ਼ੀ 'ਚ ਜਾਣਗੇ ਉਹਨੂੰ ਸੰਕ੍ਰਾਂਤ ਕਹਿੰਦੇ ਨੇ, ਔਰ ਮਕਰ ਸੰਕ੍ਰਾਂਤੀ ਕਹਿੰਦੇ ਮਕਰ ਰਾਸ਼ੀ ਦੇ ਵਿੱਚ ਸੂਰਜ ਦੇਵ ਗਏ ਨੇ ਕਿ ਇਸ ਦਿਨ ਗੰਗਾ ਜੀ ਦਾ ਉਦਗਮ ਸਥਾਨ, ਮਤਲਬ ਜਿੱਥੇ ਜਾ ਕੇ ਉਹ ਗੰਗਾ ਜੀ 'ਚ ਮਿਲੇ ਸੀ ਗੰਗਾ ਸਾਗਰ 'ਚ, ਉਹ 14 ਮਕਰ ਸੰਕ੍ਰਾਂਤ ਵਾਲੇ ਦਿਨ ਹੀ ਮਿਲੀ ਸੀਗੀ। ਇੱਕ ਲੋਕਾਂ ਨੂੰ ਬੜੀ ਜ਼ਿਆਦਾ ਕਨਫਿਊਜ਼ਨ ਪੈਦਾ ਹੋ ਗਈ ਕਿ ਘੱਟ ਕਿਉਂ ਹੈ, 14 ਤਰੀਕ ਸੀ, 15 ਤਰੀਕ ਸੀ, ਇੱਦਾਂ ਨਹੀਂ। ਇਹਦੇ ਨੇ ਕਈ ਸਾਰੇ ਕਾਰਨ ਨੇ। ਹਰ 73 ਸਾਲ 'ਚ ਨਾ ਸੂਰਦੇਵ ਇੱਕ ਅੰਸ਼ ਅੱਗੇ ਵੱਧਦੇ ਨੇ, ਚਾਲ ਇੱਕ ਅੰਸ਼ ਅੱਗੇ ਦੀ ਚਾਲ ਵੱਧਦੀ ਹੈ। ਇਸ ਵਾਰ ਦੀ ਮਕਰ ਸੰਕ੍ਰਾਂਤੀ ਲੋਕਾਂ ਲਈ ਫਲਦਾਇਕ ਕਿਵੇਂ ਹੋਏਗੀ? ਇਸ ਵਾਰ ਦੀ ਮਕਰ ਸੰਕ੍ਰਾਂਤੀ ਥੋੜ੍ਹੀ ਜ਼ਿਆਦਾ ਖਾਸ, ਇਸ ਕਰਕੇ ਥੋੜ੍ਹੀ ਖਤਰਨਾਕ ਹੈ, ਪਰ ਇਹ ਟਾਈਮ ਉਹਨਾਂ ਲਈ ਥੋੜ੍ਹਾ ਜਿਹਾ ਅੱਛਾ ਕਿਹਾ ਜਾਂਦਾ। ਇਸ ਕਰਕੇ ਆਪਣਾ ਜਿਹੜਾ ਵੀ ਕੰਮ ਕਾਰ ਜਾਂ ਜਿਹੜੇ ਵੀ ਕਰਦੇ ਨੇ, ਬਹੁਤ ਹਿਸਾਬਤਾ ਲੈਣ ਦੇਣ 'ਚ ਨਾ ਲਾਪਰਵਾਹੀ ਨਹੀਂ ਕਰਨੀ, ਲੋਕਾਂ ਨਾਲ ਜਿਹੜਾ ਵੀ ਆਪਣਾ ਕਰਦੇ ਲਿਖਤ ਪ੍ਰਵਰਤ ਜਾਂ ਕੁਛ ਚੀਜ਼ ਲੈ ਕੇ ਹੀ ਆਪਣਾ ਡੀਲਿੰਗ ਕਰਨੀ ਹੈ, ਮਤਲਬ ਮੌਖਿਕ ਰੂਪ 'ਚ ਡੀਲਿੰਗ ਨਹੀਂ ਕਰਨੀ ਚਾਹੀਦੀ ਹੈ। ਇਸੇ ਦਿਨ ਇਸ ਨੂੰ ਖਿਚੜੀ ਦਾ ਤਿਉਹਾਰ ਵੀ ਕਹਿੰਦੇ ਨੇ, ਮਾਘੀ ਸੰਕ੍ਰਾਂਤੀ ਵੀ ਕਹਿੰਦੇ, ਸਾਊਥ 'ਚ ਇਹਨੂੰ ਪੋਂਗਲ ਦਾ ਤਿਉਹਾਰ ਵੀ ਇਸ ਦਿਨ ਤੋਂ ਸਟਾਰਟ ਹੁੰਦਾ ਹੈ, ਕਿਉਂਕਿ ਐਕਚੁਅਲ 'ਚ ਨਵਾਂ ਸਾਲ ਦੇ ਜਿਹੜਾ ਪਹਿਲੀ ਸੰਕ੍ਰਾਂਤ ਤੋਂ ਪੁੰਨਦਾਨ ਦਾ ਰੂਪ 'ਚ ਸ਼ੁਰੂ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ, ਮੈਂ ਹਾਂ ਤੁਹਾਡੇ ਨਾਲ ਮਨੀਸ਼ਾ ਸ਼ਰਮਾ। ਲੋਕਾਂ ਦੇ ਮਨ ਵਿੱਚ ਇਸ ਵਾਰ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਮਕਰ ਸੰਕ੍ਰਾਂਤੀ ਜੋ ਹੈ ਉਹ 14 ਤਰੀਕ ਦੀ ਹੈ ਜਾਂ 15 ਤਰੀਕ ਦੀ, ਅਤੇ ਨਾਲ ਹੀ ਮਕਰ ਸੰਕ੍ਰਾਂਤੀ ਕਿਉਂ ਮਨਾਈ ਜਾਂਦੀ ਹੈ। ਸਾਡੇ ਨਾਲ ਪੰਡਿਤ ਜੀ ਮੌਜੂਦ ਨੇ, ਰੋਹਿਤ ਪਾਂਡੇ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਨਾਲ ਗੱਲ ਕਰਕੇ ਜਾਣਾਂਗੇ ਕਿ ਮਕਰ ਸੰਕ੍ਰਾਂਤੀ ਜੋ ਹੈ 14 ਤਰੀਕ ਦੀ ਹੈ ਜਾਂ 15 ਤਰੀਕ ਦੀ ਹੈ। ਨਮਸਤੇ ਪੰਡਿਤ ਜੀ। ਨਮਸਕਾਰ ਜੀ, ਜੈ ਸ਼੍ਰੀ ਰਾਮ ਜੀ। ਇਸ ਵਾਰ ਜੋ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਕਨਫਿਊਜ਼ਨ ਹੋ ਰਹੀ ਹੈ ਕਿ 14 ਤਰੀਕ ਦੀ ਮਨਾ ਰਹੇ ਹੈ ਮਕਰ ਸੰਕ੍ਰਾਂਤੀ ਜਾਂ ਫਿਰ 15 ਤਰੀਕ ਦੀ। ਦੇਖੋ, ਮਕਰ ਸੰਕ੍ਰਾਂਤੀ ਇਸ ਵਾਰ 15 ਤਰੀਕ ਦੀ ਹੈ। ਇਸ ਵਾਰ ਜਿਹੜੀ ਮਕਰ ਸੰਕ੍ਰਾਂਤੀ ਹੈ ਨਾ, ਉਹਦੇ ਪਹਿਲਾਂ ਤਾਂ ਦੱਸੋ ਮਕਰ ਸੰਕ੍ਰਾਂਤੀ ਕਿਉਂ ਮਨਾਈ ਜਾਂਦੀ ਹੈ, ਉਹਦੇ ਵੀ ਕਈ ਕਾਰਨ, ਔਰ 15 ਤਰੀਕ ਕਿਉਂ ਹੋ ਗਈ। ਇਸ ਕਰਕੇ ਮਕਰ ਸੰਕ੍ਰਾਂਤੀ ਦਾ ਮਤਲਬ, ਜਦ ਸੂਰਯਦੇਵ ਸੰਕ੍ਰਾਂਤੀ ਜਿਹਨੂੰ ਕਹਿੰਦਾ ਰਾਸ਼ੀ ਪਰਿਵਰਤਨ ਕਰਦੇ ਨੇ, ਉਹ ਆਪਣੇ ਪੁੱਤਰ ਦੇ ਘਰ ਜਾ ਰਹੇ ਨੇ, ਸੂਰਯਦੇਵ ਜਦੋਂ ਰਾਸ਼ੀ ਪਰਿਵਰਤਨ ਕਰਕੇ ਮਕਰ ਰਾਸ਼ੀ 'ਚ ਜਾਣਗੇ ਉਹਨੂੰ ਸੰਕ੍ਰਾਂਤ ਕਹਿੰਦੇ ਨੇ, ਔਰ ਮਕਰ ਸੰਕ੍ਰਾਂਤੀ ਕਹਿੰਦੇ ਮਕਰ ਰਾਸ਼ੀ ਦੇ ਵਿੱਚ ਸੂਰਯਦੇਵ ਗਏ ਨੇ। ਇਸ ਦਿਨ ਇੱਕ, ਲੋਕਾਂ ਨੂੰ ਨਹੀਂ ਪਤਾ, ਤੁਹਾਡੇ ਚੈਨਲ ਨੂੰ ਦੱਸ ਦੇਵਾਂ ਕਿ ਇਸ ਦਿਨ ਗੰਗਾ ਜੀ ਦਾ ਉਦਗਮ ਸਥਾਨ, ਮਤਲਬ ਜਿੱਥੇ ਜਾ ਕੇ ਉਹ ਗੰਗਾ ਜੀ 'ਚ ਮਿਲੇ ਸੀ ਗੰਗਾ ਸਾਗਰ 'ਚ, ਉਹ 14 ਮਕਰ ਸੰਕ੍ਰਾਂਤ ਵਾਲੇ ਦਿਨ ਹੀ ਮਿਲੀ ਸੀਗੀ। ਇੱਕ ਲੋਕਾਂ ਨੂੰ ਬੜੀ ਜ਼ਿਆਦਾ ਕਨਫਿਊਜ਼ਨ ਪੈਦਾ ਹੋ ਗਈ ਕਿ ਘੱਟ ਕਿਉਂ ਹੈ, 14 ਤਰੀਕ ਸੀ, 15 ਤਰੀਕ ਸੀ, ਇੱਦਾਂ ਨਹੀਂ। ਇਹਦੇ ਨੇ ਕਈ ਸਾਰੇ ਕਾਰਨ ਨੇ। ਹਰ 73 ਸਾਲ 'ਚ ਨਾ ਸੂਰਯਦੇਵ ਇੱਕ ਅੰਸ਼ ਅੱਗੇ ਵੱਧਦੇ ਨੇ, ਚਾਲ ਇੱਕ ਅੰਸ਼ ਅੱਗੇ ਦੀ ਚਾਲ ਵੱਧਦੀ ਹੈ। ਹੁਣ ਜਿਹੜੇ ਚਾਲ ਨੇ ਨਾ, ਹੁਣ ਜ਼ਿਆਦਾਤਰ ਤੁਸੀਂ ਦੇਖੋਗੇ, ਹੁਣ ਸੂਰਯਦੇਵ ਹਮੇਸ਼ਾ ਜਿਹੜੀ ਆਪਣੀ ਮਕਰ ਸੰਕ੍ਰਾਂਤੀ ਉਹ ਜ਼ਿਆਦਾਤਰ 15 ਤਰੀਕ ਦੀ ਪਏਗੀ। ਇਸ ਵਾਰ ਜਿਹੜੀ ਮਕਰ ਸੰਕ੍ਰਾਂਤੀ ਦਾ ਪੁੰਨਕਾਲ ਹੈ 14 ਤਰੀਕ ਰਾਤੀ 2:43 'ਤੇ ਸ਼ੁਰੂ ਹੋ ਰਿਹਾ, ਉਹ 15 ਤਰੀਕ ਲੱਗ ਗਈ ਔਰ ਅਗਲੇ ਦਿਨ ਰਾਤੀ 9:10 ਤੱਕ ਰਹੇਗਾ। ਇਸ ਕਰਕੇ ਉਦਿਆ ਤਿਥੀ ਦੇ ਮਾਣ ਕਰਦੇ ਹੋਏ ਸੰਕ੍ਰਾਂਤ ਜਿਹੜੀ ਉਹ ਸਾਡੀ 15 ਤਰੀਕ ਦੀ ਰਹੇਗੀ। ਇਸ ਵਾਰ ਦੀ ਮਕਰ ਸੰਕ੍ਰਾਂਤੀ ਲੋਕਾਂ ਲਈ ਫਲਦਾਇਕ ਕਿਵੇਂ ਹੋਏਗੀ? ਦੇਖੋ, ਇਸ ਵਾਰ ਦੀ ਜਿਹੜੀ ਆਪਣੀ ਮਕਰ ਸੰਕ੍ਰਾਂਤੀ ਹੈ ਹਰ ਸਾਲ ਦੇ ਵਾਂਗੂ, ਇਹ ਵੀ ਬਹੁਤ ਖਾਸ ਹੈ, ਕਿਉਂਕਿ ਇਸ ਵਾਰ ਸੋਮਵਾਰ ਦੀ ਮਕਰ ਸੰਕ੍ਰਾਂਤ ਪੈ ਰਹੀ ਹੈ, ਆਪਣਾ ਨਵਾਂ ਉਸ ਦਿਨ ਦਾ ਮਾਘ ਦਾ ਮਹੀਨਾ, ਇਹਨੂੰ ਮਾਘ ਸੰਕ੍ਰਾਂਤੀ ਵੀ ਕਹਿੰਦੇ ਨੇ। ਮਾਘ ਦਾ ਪੂਰਾ ਮਹੀਨਾ, ਸਾਰਿਆਂ ਨੂੰ ਪਤਾ ਹੈ ਕਿ ਲੋਕ ਕਲਪਵਾਸ, ਦਾਨ ਪੁੰਨ, ਧਾਰਮਿਕ ਅਨੁਸ਼ਠਾਨ ਇਹ ਸਭ ਤੋਂ ਵੱਧ ਕਰਦੇ ਨੇ। ਇਸ ਵਾਰ ਦੀ ਮਕਰ ਸੰਕ੍ਰਾਂਤੀ ਥੋੜ੍ਹੀ ਜ਼ਿਆਦਾ ਖਾਸ, ਇਸ ਕਰਕੇ ਇਹ ਥੋੜ੍ਹੀ ਖਤਰਨਾਕ ਹੈ, ਕਿਉਂਕਿ ਘੋਰਾ ਨਾਮਕ ਸਮਾਂ ਚੱਲ ਰਿਹਾ, ਇਹ ਚੋਰ ਪਾਪੀ ਜਿਹੜੇ ਵੀ ਲੁਟੇਰੇ ਲੋਕਾਂ ਲਈ, ਉਹਨਾਂ ਲਈ ਥੋੜ੍ਹਾ ਅੱਛਾ ਸਮਾਂ ਹੈ। ਬਟ ਐਸਾ ਨਹੀਂ ਕਿ ਆਪਾਂ ਇਹ ਕਰਨਾ ਕਿ ਫਾਇਦੇ ਨੂੰ, ਅੱਗੇ ਚੱਲ ਕੇ ਜਿਹੜਾ ਟਾਈਮ ਆ ਗਿਆ ਉਹਨਾਂ ਨੂੰ ਪੂਰਾ ਦੰਡ ਮਿਲੇਗਾ, ਪਰ ਇਹ ਟਾਈਮ ਉਹਨਾਂ ਲਈ ਥੋੜ੍ਹਾ ਜਿਹਾ ਅੱਛਾ ਕਿਹਾ ਜਾਂਦਾ। ਇਸ ਕਰਕੇ ਆਪਣਾ ਜਿਹੜਾ ਵੀ ਕੰਮ ਕਾਰ ਜਾਂ ਜਿਹੜੇ ਵੀ ਕਰਦੇ ਨੇ, ਬਹੁਤ ਹਿਸਾਬਤਾ ਲੈਣ ਦੇਣ 'ਚ ਨਾ ਲਾਪਰਵਾਹੀ ਨਹੀਂ ਕਰਨੀ, ਲੋਕਾਂ ਨਾਲ ਜਿਹੜਾ ਵੀ ਆਪਣਾ ਕਰਦੇ ਲਿਖਤ ਪ੍ਰਵਰਤ ਜਾਂ ਕੁਛ ਚੀਜ਼ ਲੈ ਕੇ ਹੀ ਆਪਣਾ ਡੀਲਿੰਗ ਕਰਨੀ ਹੈ, ਮਤਲਬ ਮੌਖਿਕ ਰੂਪ 'ਚ ਡੀਲਿੰਗ ਨਹੀਂ ਕਰਨੀ ਚਾਹੀਦੀ ਹੈ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਮਕਰ ਸੰਕ੍ਰਾਂਤੀ 'ਚ ਆਪਾਂ ਕੀ ਐਸਾ ਕਰੀਏ ਕਿ ਸਾਡੇ ਦਰਸ਼ਕਾਂ ਨੂੰ ਲਾਭ ਹੋਏ, ਦੇਖੋ ਹਰ ਵਾਰ ਇਸੇ ਦਿਨ ਇਸ ਨੂੰ ਖਿਚੜੀ ਦਾ ਤਿਉਹਾਰ ਵੀ ਕਹਿੰਦੇ ਨੇ,
ਮਾਘੀ ਸੰਕ੍ਰਾਂਤੀ ਵੀ ਕਹਿੰਦੇ, ਸਾਊਥ 'ਚ ਇਹਨੂੰ ਪੋਂਗਲ ਦਾ ਤਿਉਹਾਰ ਵੀ ਇਸ ਦਿਨ ਤੋਂ ਸਟਾਰਟ ਹੁੰਦਾ ਹੈ, ਕਿਉਂਕਿ ਐਕਚੁਅਲ 'ਚ ਨਵਾਂ ਸਾਲ ਦੇ ਜਿਹੜਾ ਪਹਿਲੀ ਸੰਕ੍ਰਾਂਤ ਤੋਂ ਬਾਅਦ ਪੁੰਨੇਦਾਨ ਦਾ ਰੂਪ 'ਚ ਸ਼ੁਰੂ ਹੋ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਚਾਹੀਦਾ ਹੈ ਕਿ ਖਿਚੜੀ ਦਾ ਦਾਨ ਕਰਨ, ਠੀਕ ਹੈ, ਖਿਚੜੀ ਜਿੱਦਾਂ ਘਿਓ ਚਾਵਲ ਦਾਲ ਇਹਨਾਂ ਦਾ ਦਾਨ ਕਰਨ, ਠੀਕ ਹੈ ਕਿ ਨਹੀਂ, ਗੁਰਦੁਆਰੇ ਧਾਰਮਿਕ ਮੰਦਰ ਕਿਸੇ ਵੀ ਧਾਰਮਿਕ ਸਥਾਨ ਜਾ ਕੇ ਮੱਥਾ ਟੇਕਣ, ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈਣ, ਉਹਨਾਂ ਲਈ ਇਹ ਸਭ ਤੋਂ ਅੱਛਾ ਹੈ। ਔਰ ਇਸ ਦਿਨ ਦਾ ਦਾਨ ਦਾ ਮਹੱਤਵ ਕਹਿੰਦੇ ਹੈ ਕਿ ਜਿਹੜਾ ਮਕਰ ਸੰਕ੍ਰਾਂਤੀ ਦੇ ਦਿਨ ਦਾਨ ਚੜਦਾ ਹੈ ਇਹ ਪੂਰਾ ਸਾਲ ਚੱਲਦਾ, ਜਿੱਦਾਂ ਆਪਾਂ ਬਿਹਾਰ ਯੂਪੀ ਸਾਈਡ ਉੱਥੇ ਦਹੀਂ ਚਿਊੜਾ ਦਾ ਮਹੱਤਵ ਹੈ, ਜਿਹਨੂੰ ਆਪਾਂ ਪੋਹਾ ਕਹਿ ਦਿੰਦੇ ਹਾਂ, ਹਲੇ ਠਾਂ ਇਸ ਦਿਨ ਖਾਸ ਪ੍ਰਥਾ ਦੇ ਰੂਪ 'ਤੇ ਮੰਨਿਆ ਜਾਂਦਾ ਹੈ। ਇਸ ਕਰਕੇ ਸੂਰਿਆ ਦੇ ਜਦੋਂ ਆਪਣੇ ਪੁੱਤਰ ਦੇ ਘਰ ਜਾਂਦੇ, ਸਾਰਿਆਂ ਨੂੰ ਪਤਾ ਹੈ ਕਿ ਸ਼ਨੀ ਅਤੇ ਸੂਰਿਆ ਦੀ ਨਹੀਂ ਬਣਦੀ, ਉਹ ਇਹ ਮਹੀਨਾ ਨਾ ਥੋੜ੍ਹਾ ਜਿਹਾ ਟੈਨਸ਼ਨ ਵਾਲਾ ਰਹਿੰਦਾ ਹੈ, ਇਸ ਕਰਕੇ ਲੋਕ ਦਾਨ ਪੁੰਨ ਜ਼ਿਆਦਾ ਕਰਦੇ ਨੇ। ਉਸੇ ਚੀਜ਼ ਨੂੰ ਵਧਾਉਂਦੇ ਹੋਏ ਇਸ ਦਿਨ ਲੋਕਾਂ ਨੂੰ ਦਾਨ ਪੁੰਨ ਜ਼ਿਆਦਾ ਕਰਨਾ ਚਾਹੀਦਾ। ਖਿਚੜੀ ਦਾ ਸਮਾਨ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੋਂ ਦਾਲ ਚਾਵਲ ਘਿਓ ਇਹ ਜ਼ਰੂਰ ਦਾਨ ਕਰਨਾ ਚਾਹੀਦਾ ਹੈ। ਔਰ ਕਿਸੇ ਵੀ ਗਰੀਬ ਜਾਂ ਕਿਸੇ ਵੀ ਜ਼ਰੂਰਤਮੰਦ ਨੂੰ ਰੋਟੀ ਖਵਾ ਦਿਉ, ਇਸ ਤੋਂ ਬੜਾ ਪੁੰਨ ਤਾਂ ਵੈਸੇ ਵੀ ਕੁਛ ਨਹੀਂ ਹੈ। ਆਪਾਂ ਤਾਂ ਪੰਜਾਬੀ ਹਾਂ ਜਿਹੜੇ ਹਮੇਸ਼ਾ ਲੋਕਾਂ ਦੀ ਸੇਵਾ ਕਰਕੇ ਲੰਗਰ ਲਾਏ ਨੇ, ਇਸ ਦਿਨ ਕਰਨ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੈ। ਅੱਛਾ, ਮਕਰ ਸੰਕ੍ਰਾਂਤੀ ਦੀ ਸ਼ੁਭ ਟਾਈਮਿੰਗ ਕੀ ਹੈ? ਦੇਖੋ, ਮਕਰ ਸੰਕ੍ਰਾਂਤ ਵਾਲੇ ਦਿਨ ਨਾ ਇੱਕ ਤਾਂ ਪੁੰਨਦਾਨ ਹੁੰਦਾ ਕਿ ਸਭ ਤੋਂ ਕਿਸੇ ਵੀ ਧਾਰਮਿਕ ਨਦੀ 'ਤੇ ਇਸ਼ਨਾਨ, ਉਸ ਦਿਨ ਅਸੀਂ ਕਹਿੰਦੇ ਹਾਂ ਕਿ ਕਿਸੇ ਵੀ ਨਦੀ ਜਿਹੜੇ ਵੀ ਨਦੀ ਕਿਤਾ ਠੰਡ ਦਾ ਮੌਸਮ ਹੈ, ਪਰ ਜਿਹੜੇ ਲੋਕ ਕਿਸੇ ਵੀ ਨੇੜੇ ਤੇੜੇ ਕੋਈ ਨਦੀ ਜਾਂ ਹੈ ਉੱਥੇ ਜਾ ਕੇ ਇਸ਼ਨਾਨ ਕਰਨ, ਜਿਹੜੇ ਨਹੀਂ ਕਰ ਸਕਦੇ ਘਰੇ ਹੀ ਆਪਣੇ ਗੰਗਾ ਜਲ ਜਾਂ ਆਪਣੇ ਵੀ ਕੋਈ ਵੀ ਸ਼ੁਭ ਤੀਰਥ ਦਾ ਜਲ ਪਾ ਕੇ ਇਸ਼ਨਾਨ ਕਰਨ, ਉਹਦੇ ਨਾਲ ਉਹਨਾਂ ਨੂੰ ਫਾਇਦਾ ਹੋਏਗਾ। ਔਰ ਦੂਸਰਾ, ਇਹਨਾਂ ਦਾ ਪੁੰਨ ਟਾਈਮ ਕਿ ਸਵੇਰੇ 7:05 ਤੋਂ ਲੈ ਕੇ 9:10 ਤੱਕ ਦਾ ਟਾਈਮ ਬਹੁਤ ਅੱਛਾ ਹੈ, ਉਸ ਤੋਂ ਸਾਰਾ ਦਿਨ ਹੀ ਪੁੰਨੇ ਕਾਲ ਦਾ ਹੈ, ਪਰ ਇਹ ਟਾਈਮ ਜ਼ਿਆਦਾ ਅੱਛਾ ਹੈ। ਔਰ ਦੁਪਹਿਰ ਦੇ 12:00 ਤੋਂ ਲੈ ਕੇ 2:00 ਤੱਕ ਦਾ ਟਾਈਮ ਵੀ ਮਹਾਪੁੰਨੇ ਕਾਲ ਦਾ ਟਾਈਮ ਹੈ, ਉਹ 5:07 ਤੱਕ ਵੀ ਅੱਛਾ ਟਾਈਮ ਰਹੇਗਾ। ਔਰ ਜਿਹੜੀ ਸੰਕ੍ਰਾਂਤੀ ਸਮਾਪਤ ਹੋਏਗੀ ਰਾਤੀ 9:10 ਤੇ ਹੋਏਗੀ। ਪੰਡਿਤ ਜੀ ਵੱਲੋਂ ਦੱਸਿਆ ਗਿਆ ਹੈ ਸ਼ੁਭ ਟਾਈਮਿੰਗ ਕੀ ਹੈ ਮਕਰ ਸੰਕ੍ਰਾਂਤੀ ਦੀ, ਅਤੇ ਕਿੱਦਾਂ ਹਰ ਸਾਲ ਹੁਣ ਅੱਗੇ ਹੀ 15 ਤਰੀਕ ਨੂੰ ਵੀ ਮਕਰ ਸੰਕ੍ਰਾਂਤੀ ਜੋ ਹੈ ਆਇਆ ਕਰੇਗੀ। ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨ। ਮੈਂ ਮਨੀਸ਼ਾ ਸ਼ਰਮਾ ਵਿਦ ਕੈਮਰਾ ਪਰਸਨ ਪ੍ਰਿੰਸ ਕੁਮਾਰ।